जानो लग ही बंद कर दी। अस्सलाम वालेकुम जी, सब दोस्तों का की हाल चाल है? उम्मीद करने सब ठीक होणगे जी। जनाब तुहानू शौक कराने अज उस्ताद तारक पडाल सियालकोट, जिहड़ा ना सियालकोट तो, इन्हां दे जिहड़े कपछे उड़े ने कबूतर, उन्हां दा शौक कराने इंशाल्लाह। इत्थे जनाब हुंदे ने उस्ताद नवीद साहब हुंदे ने, वसीम साहब ने, उन्हां दे छोटे भाई। कराने तुहानू सारिआं दा जिहड़ा ना इंटरव्यू करवाउने आ। बाकी लोकेशन चेक करो जी, छत की ए देखो जी, माशाल्लाह ए साइड तो पिंड हाली माहौल, ए छत ज जनाब छोटे जे सिस्टम इधर। बाकी जड़ा ना सामने मेन रोड ए पिंजरे कुछ लगे थे जे। ए जनाब उस्ताद नवीद साहब ने जड़े इतने मेहनत कर देना। अस्सलाम वालेकुम, क्या हाल है साहब? कैसा सीजन गुजरा है जनाब असू का? ਕਿੰਨੀ ਕੁ ਦੇਰ ਤੋਂ ਸਾਜੀ ਸ਼ੌਕ ਕਰਦੇ ਹੋ? ਅੱਛਾ ਠੀਕ ਹੋ ਗਿਆ, ਠੀਕ ਹੋ ਗਿਆ। ਇੱਥੋਂ ਛੱਤ ਤੋਂ ਕਿੰਨੀ ਕੁ ਦੇਰ ਹੋਈ ਤਕਰੀਬਨ? ਇੱਥੇ ਐਸੇ ਛੱਤ ਤੇ ਠੀਕ ਹੋ ਗਿਆ, ਸਟਾਰਟ ਵੀ ਆਈ ਐਂਡ ਵੀ ਆਈ, ਠੀਕ ਹੋ ਗਿਆ, ਠੀਕ ਹੋ ਗਿਆ। ਅਤੇ ਐਕਤੀ ਕੀ ਸੂਰਤ ਹਾਲ ਸੀ? ਬਾਜ਼ੀਆਂ ਕਿਹਦੀਆਂ ਕਿਹਦੇ ਨਾਲ ਲੱਗੀਆਂ ਇਹ? ਠੀਕ ਹੈ, ਠੀਕ ਹੈ, ਠੀਕ ਹੋ ਗਿਆ। ਉਸਤਾਦ ਜਾਫਰ ਯਾਨੀ ਕਿ ਚੌਂ ਘਰਾਂ ਨਾਲ ਬਾਜ਼ੀਆਂ, ਅਤੇ ਕੀ ਸੂਰਤ ਹਾਲ ਰਹੀ ਹੈ ਜੀ? ਚੌਵਾਂ ਨੂੰ ਵੀ ਨਹੀਂ ਕੀਤਾ, ਮਾਸ਼ਾਅੱਲਾ ਜ਼ਬਰਦਸਤ। ਅਤੇ ਕੱਪ ਕਿੰਨੇ ਹਨ ਆਪਣੇ ਇਲਾਕੇ ਦੇ? ਪੰਜ ਕੱਪ ਸਨ, ਅਤੇ ਕੀ ਸੂਰਤ ਹਾਲ ਰਹੀ ਉਹਨਾਂ 'ਚ? ਪੰਜੇ ਵਿਨ ਕੀਤੇ ਨੇ, ਮਾਸ਼ਾਅੱਲਾ ਜੀ, ਜ਼ਬਰਦਸਤ ਹੋ ਗਿਆ ਜੀ। ਇਹ ਉਸਤਾਦ ਨਵੀਦ ਸਾਹਿਬ ਨੇ ਜੀ, ਇਹ ਉਹਨਾਂ ਦੇ ਛੋਟੇ ਭਾਈ ਨੇ ਹਲੀਮ ਸਾਹਿਬ, ਇਹ ਵੀ ਇੱਥੇ ਮਿਹਨਤ ਕਰਦੇ ਨੇ ਜਨਾਬ। ਇਹ ਵਸੀਮ ਸਾਹਿਬ ਨੇ ਆਪਣੇ, ਇਹ ਦੋ ਦੋਸਤ ਆਏ ਦੇ ਨੇ ਜਨਾਬ ਸ਼ੋਕਰਨ ਸਾਧ ਹੋਰਾਂ ਕੋਲ, ਅਤੇ ਬਾਕੀ ਤੁਹਾਨੂੰ ਪਰਿੰਦੇ ਦਿਖਾਉਂਦੇ ਹਾਂ ਜਿਹੜੇ ਉੱਡੇ ਨੇ ਕਬੂਤਰ। ਸਾਹ ਜੀ ਆਓ ਅੰਦਰ ਆਓ, ਤਰਾ ਆਪ ਹੀ ਕਰਾਓ ਜਾਂ ਵਸੀਮ ਸਾਹਿਬ ਆ ਜਾਂਦੇ ਨੇ। ਆ ਜਾਓ ਜਨਾਬ, ਇਹ ਦੇਖੋ ਜੀ ਮਾਸ਼ਾਅੱਲਾ, ਇਹ ਜਨਾਬ ਮਾਦੀਆਂ ਜੀ, ਚਾਰ ਮਾਦੀਆਂ ਉੱਡੀਆਂ ਅਤੇ ਤਿੰਨ ਕਬੂਤਰ। ਇਹ ਜੀ ਛੋਟੀ ਜੌਂਸਰੀ ਮਾਦੀ ਹੈ ਜੀ, ਇਹ ਵੱਡੀ ਵੱਡੀ ਜੌਂਸਰੀ ਮਾਦੀ ਜੀ ਇਹਦਾ ਨਾਂ ਜੀ। ਇਹਦੀ ਹਰ ਪਰਿਵਾਰ 6 ਤੋਂ ਪਾਰ ਹੈ ਜੀ। ਐਂਡ ਕਿੰਨੇ ਵਜੇ ਤੱਕ ਬੈਠੀ ਵਸੀਮ ਬਾਈ? 6:29 ਤੱਕ ਬੈਠੀ ਜੀ। ਇਹ ਦੇਖੋ ਜੀ ਸਿਆਲਕੋਟੀ ਮਾਦੀ ਹੈ ਮਾਸ਼ਾਅੱਲਾ, ਇਹ ਦੇਖ ਲਓ। ਇਹ ਪਿੱਛੇ ਵੀ ਕਾਲੇ ਮੂੰਹ ਵਾਲੀ ਹੈ, ਇਹਦਾ ਨਾਂ ਛੋਟੀ ਜੌਂਸਰੀ ਰੱਖਿਆ ਦਾ ਜੀ। ਇਹ ਪਿੱਛੇ ਵਾਲੀ ਮਾਦੀ ਜਿਹੜੀ, ਇਹ ਦੂਸਰੀ ਪਰਿਵਾਰ 'ਚ ਕਹਿ ਲਓ ਕਿ ਓਵਰ ਟਾਈਮ ਬੈਠੀ ਜਿਹੜਾ ਨਾ, ਉਸ ਤੋਂ ਬਾਅਦ ਫਿਰ ਪਾਈ ਹੈ। ਇਸ ਤੋਂ ਪਿੱਛੇ ਆ ਬਟੇਰੀ ਮਾਦੀ ਜੇ, ਇਹ ਵੱਡੀ ਬਟੇਰੀ ਮਾਦੀ ਮਾਸ਼ਾਅੱਲਾ। ਇਹਦੀਆਂ ਕਿੰਨੀਆਂ ਕਿਸ ਕਿਸ ਟਾਈਮ ਦੀਆਂ ਪਰਵਾਜ਼ਾਂ ਵਸੀਮ ਬਈ? 2 ਵਜੇ, 1-4 ਵਜੇ ਅਤੇ 3 ਸ਼ਾਮ। ਹੈਲੋ ਜੀ ਮਾਸ਼ਾਅੱਲਾ, ਆਲ ਓਵਰ ਜਿਹੜਾ ਨਾ ਕਹਿ ਲਓ ਕਿ 10-11 ਘੰਟੇ ਦੀ ਇਹਦੀ ਵੀ ਪਰਵਾਜ਼ ਹੈ। ਇਹ ਦੇਖੋ ਕਾਲੇ ਮੂੰਹ ਵਾਲੀ ਮਾਦੀ ਮਾਸ਼ਾਅੱਲਾ ਵੀ। ਇਹਦੇ ਬਾਅਦ ਆ ਗਈ ਜੀ ਇਹ ਹਰਗੋਸ਼ੀ, ਇਹਦਾ ਨਾਂ ਇਹਨਾਂ ਨੇ ਹਰਗੋਸ਼ੀ ਰੱਖਿਆ ਤਾ ਕਾਲੇ ਮੂੰਹ ਵਾਲੀ ਮਾਦੀ। 6 ਦੇ ਕਬੂਤਰ ਨੇ ਮਾਸ਼ਾਅੱਲਾ ਇਹਨਾਂ ਕੋਲ, ਬਹੁਤ ਅੱਛੇ। ਇਹ ਸਾਰੇ ਹੀ ਘਰ ਦੇ ਕਬੂਤਰ ਨੇ ਇਹਨਾਂ ਦੇ, ਚਾਰੋ ਹੀ ਘਰ ਦੀਆਂ ਮਾਦੀਆਂ ਨੇ। ਇਹਦੀਆਂ ਪਰਵਾਜ਼ਾਂ ਕੀ ਰਹੀਆਂ ਜੀ? ਇਹਦੀਆਂ 1-4 ਦੀ, 4.25 ਦੀ, ਬਾਕੀ 6 ਰੁਪਏ। ਇੱਕ ਦਿਨ ਬੈਠੀ ਹੈ ਜੀ 4:15 ਵਜੇ, ਬਾਕੀ ਇਹਦੀਆਂ ਸਾਰੀਆਂ ਪਰਵਾਜ਼ਾਂ 6 ਵਜੇ ਤੋਂ ਬਾਅਦ ਦੀਆਂ ਮਾਸ਼ਾਅੱਲਾ ਜੀ। ਪੋਟਵੇਂ ਪਰਾਂ ਦੀ ਪੁੱਠੀ ਜੀ ਜਨਾਬ ਹੈ, ਸ਼ੌਕ ਕਰਵਾਉਂਦੇ ਹਾਂ। ਵਸੀਮ ਬਾਈ ਉਹ ਪਹਿਲਾਂ ਫੜੋ ਮਾਦੀ, ਇੱਕ ਮਿੰਟ ਕਰਾਉਂਦੇ ਹਾਂ ਸ਼ੌਕ ਜੀ, ਤੁਹਾਨੂੰ ਫੜ ਲਓ ਅੰਦਰ ਕਰਕੇ, ਫੜ ਲਓ ਭਾਵੇਂ ਅੰਦਰ ਕਰਕੇ ਫੜ ਲਓ, ਇੱਥੇ ਤੰਗ ਕਰਨਾ ਆਰਾਮ ਨਾਲ ਜਿਹੜਾ ਨਾ ਫੜ ਲਓ। ਆਹੋ ਨਹੀਂ ਨਹੀਂ ਅੱਗੋਂ ਇਨਸ਼ਾਅੱਲਾ ਇਹ ਰੱਖਦਾ ਹੋ ਜੀ। ਇਹ ਜੀ ਵੱਡੀ ਜੌਂਸਰੀ ਮਾਦੀ ਹੈ ਜੀ, ਠਹਿਰੋ ਤੁਸੀਂ ਇੱਧਰੋਂ ਹੀ ਦਿਖਾਓ, ਇੱਧਰੋਂ ਹੀ ਆਓ, ਮੈਂ ਇੱਥੋਂ ਫੋਕਸ ਕਰਨਾ। ਇਹ ਜੀ ਵੱਡੀ ਜੌਂਸਰੀ ਮਾਦੀ ਹੈ ਜੀ ਮਾਸ਼ਾਅੱਲਾ, ਚੈੱਕ ਕਰੋ ਪਰਦਾ ਹੋ ਜੀ ਇਹਦਾ, ਇਹ ਦੇਖੋ ਮਾਸ਼ਾਅੱਲਾ। ਦੂਸਰਾ ਵੀ ਦਿਖਾਇਓ, ਮੋਰ ਵੀ ਨਜ਼ਰ ਆ ਗਈ ਹੈਗੀ ਦੋਸਤਾਂ ਨੂੰ। ਇਹ ਦੇਖੋ ਜੀ ਪਾਰੇ ਦਾ ਮਾਸ਼ਾਅੱਲਾ, ਪੂਰਾ ਫਰੰਟ ਵਿਖਾਇਆ ਹਾਂਜੀ ਸਾਹਮਣੇ। ਛੱਡ ਦਿਓ ਛੱਡ ਦਿਓ, ਠੀਕ ਹੋ ਗਿਆ। ਉਹ ਫੜੋ ਹੁਣ ਹਰਗੋਸ਼ੀ ਫੜੋ ਜੀ ਹਰਗੋਸ਼ੀ। ਇਹ ਵੀ ਜੀ ਇਹਨਾਂ ਦੇ ਘਰ ਦੀ ਪੱਠੀ ਹੈ ਜੀ, ਕਾਲੇ ਮੂੰਹ ਵਾਲੀ ਪੋਟਵੇਂ ਪਰਾਂ ਦੀ ਪੱਠੀ ਹੈ। ਇਹ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ, ਪਰਦਾ ਹੋ ਜੀ ਇਹਦੀ ਹਰ ਪਰਵਾਜ਼ 6 ਤੋਂ ਪਾਰ ਜੀ।
देखो माशाल्लाह दहा जी दूसरा पार जी ठीक है छोड़ो बटेरी माती फड़ो वड्डी आ जा चलो आ जा कुकड़ी बन गई दो दिन च कुकड़ी बन गई चलो कोई नहीं है जी वड्डी बटेरी माती है जी माशाल्लाह फोकस चेक करो दा माशाल्लाह पर्दा हो दा है देखो जी ये पर्दे थोड़ा थले करो हम सी हाथ देखो जी दूसरा जी दिखाया ए देखो जी दूसरा पर भी आ गया छड़ दो फड़ो दूसरी काले मोली एदी किन्नी उम्र होनी उसी ए जड़ी है हुन फड़ी जे बच्चे ए भी पोट में पड़ा दी जी महीने ठीक हो गया ए भी जनाब दूसरे दाके दी पट्टी जे ते पहले तो दे के ले दूसरे च वड़ी है ते देखो जी माशाल्लाह भी काले मुंह वाली पट्टी जे दहाओ जी पारे दा भी पर जे जनाब ए माशाल्लाह दूसरा दहाओ देख लो जी पारे दे भी चेक कर लो एदा पारे खराब जो सतवां निकलन दे नवा निकल गुल्ला ठीक है जी उड़ती रही ठीक हो गया छोड़ो जी इनू ए जनाब मातियां जे चारो ते कबूतर भी तीनों तुहानू दिखाने आ देखो जी माशाल्लाह आओ जी कबूतर भी दिखाइए आ जाओ ए जनाब कबूतर इस कबूतर का बहुत मज़ा आया देखने का मैं बजाते खुद थले बह के देखता रहा वहाँ शौक बड़ा मज़ा आया कबूतर टंग के रखता जी कबूतर सारे एदा पहले शौक रहो जी ए भी घर का पट्ठा कि उम्र होनी है कि पुराना चार साल होना यह कि निकलिया जी कबूतरी बांकी अच्छा कबूतर फिरोजपुरी ठीक हो गया वैसे फोकस कर ठीक हो गया फिरोजपुरी तो बांका क्रॉस ये तो पूरा ब्रीडर कबूतर है जरा अखा च रिंग देखो माशाल्लाह दाओ पारे दे बहुत बहुत हार्ड कबूतर है देखो माशाल्लाह पारे दे दूसरा भी दाओ ए किन्ने चार भरवा उड़े ना चार भरवा किन्ने बैठा एक पौने पांच बाकी छे दुपार तीन एक दिन बैठा जी पौने पांच बाकी छे दुपार ही बैठा माशाल्लाह बहुत हाई लेवल का कबूतर है छोड़ो इन वो फड़ो दहा जी यार फोकस कर माशाल्लाह जी है भी घर का पट्ठा ठीक हो गया दिखाओ जी पारे दे जी पंजां दिनां दे 334 घंटे ते मेरे ख्याल 42 मिनट एवरेज जी इन्हां दी माशाल्लाह 59 मिनट जी देखो माशाल्लाह ठीक हो गया छोड़ो लाखा भी फड़ो जी लाखा कि चार भरवा दें उड़े ना ए जी लाखा कबूतर ए भी माशाल्लाह चार भरवा दें उड़े जी दो फड़ता जरा ना 12 बजे तक बैठा है
ਤੇ ਬਾਕੀ ਦੋ ਇਹਦੀਆਂ ਦੋ ਦੋ ਵਜੇ ਦੀਆਂ। ਬਾਕੀ ਅੱਛਾ ਕਬੂਤਰ ਇਹਨਾਂ ਦਾ, ਲੇਕਿਨ ਅੰਦਰੋਂ ਨਹੀਂ ਕੁਛ ਜਿਹਾ ਸੈੱਟ ਹੋਇਆ, ਫਿਰ ਵੀ ਠੀਕ ਹੈ, 6-8 ਘੰਟੇ ਤਾਂ ਲੈ ਕੇ ਆਉਂਦਾ ਰਿਹਾ। ਇਹਦਾ ਜੀ ਇਹ ਪਰਚੇ ਦੇ ਜਨਾਬ, ਇਹ ਦੇਖੋ ਜੀ, ਦੂਸਰਾ ਵੀ ਦਿਖਾਓ, ਠੀਕ ਹੋ ਗਿਆ ਜੀ, ਠੀਕ ਹੋ ਗਿਆ ਸੀ, ਵੀ ਛੱਡ ਦਿਉ ਅੰਦਰੋਂ ਯਾਰ, ਕੋਈ ਹੋਰ ਹੀ ਕਬੂਤਰ ਦਿਖਾ ਦਿਉ। ਮਾਸ਼ਾਅੱਲਾ ਕਬੂਤਰ ਇੱਥੇ ਸਾਰੇ ਤਕਰੀਬਨ ਘਰ ਦੇ, ਜਿਹੜਾ ਨਾ ਪੱਠੀਆਂ ਪੱਠੇ ਨੇ, ਰਹਿਣ ਦਿਉ ਅੰਦਰ ਹੀ ਵਿਖਾ ਦੇਣਾ ਜੀ, ਚਲੋ ਜਾਂ ਇੰਜ ਬਾਹਰ ਕੱਢ ਦਿਉ, ਇੰਜ ਬਾਹਰ ਕੱਢੋ ਸੀ ਬਈ, ਇੰਜ ਬਾਹਰ ਧੱਕਾ ਲਾ ਆ ਜਾਓ ਜੀ। 15 ਵਾਲਾ ਪਿਆਰਾ ਉੱਡਿਆ ਸੀ ਜਿਹੜਾ ਸਿਆਲਕੋਟ ਵਾਲਾ, ਉਹਦੇ 'ਚ ਦੋ ਕਬੂਤਰ ਨਹੀਂ ਸਨ ਬੈਠੇ। ਇਹ ਕਿੰਨੇ ਵਜੇ ਬੈਠਾ ਉਹਦੇ ਨੂੰ? 4 ਵਜੇ ਬੈਠਾ, 4 ਵਜੇ ਬੈਠਾ ਜੀ ਇਹ ਕਬੂਤਰ। 4 ਵਜੇ ਤਾਂ ਅੱਗੋਂ ਆਪਣੇ ਇਲਾਕੇ ਦਾ ਪਿਆਰਾ ਸੀ, ਉਹਦੇ 'ਚ 4:45 ਬੈਠਾ। ਠੀਕ ਹੋ ਗਿਆ, ਠਹਿਰੋ ਇੱਧਰ ਆਓ ਤੁਸੀਂ, ਇਹ ਸਾਥੀ ਇੱਧਰ ਨੂੰ ਸਹੀ ਜਾਂਦਾ ਜੀ, ਪਰ ਦਿਖਾਓ ਜੀ, ਚਲੋ ਅੱਖ ਦਿਖਾ ਲਓ, ਉਹ ਠੀਕ ਹੋ ਗਿਆ, ਚਲੋ ਚਲੋ ਠੀਕ ਹੈ। ਬਾਕੀ ਹਾਂਜੀ ਬਾਹਰ ਕੱਢੋ ਇਹਨਾਂ ਨੂੰ, ਇੱਕ ਵਾਰੀ ਵਿੱਚ ਵਹਾ ਦੀ ਦੂਸਰੇ, ਅਤੇ ਫਿਰ ਜਿਹੜਾ ਨਾ ਠੀਕ ਹੋ ਗਿਆ। ਇਹ ਦੇਖੋ ਜੀ, ਇਹ ਹੁਣ ਇਨਸ਼ਾਅੱਲਾ ਵਿਸਾਖ ਅਤੇ ਜੇਠ ਦੀ ਤਿਆਰੀ ਕਰਨਗੇ ਇਨਸ਼ਾਅੱਲਾ ਤਾਲਾ। ਇਹ ਕਬੂਤਰ ਸਾਰੇ ਤਿਆਰੀ 'ਚ ਸਨ, ਪੈਂਡਿੰਗ ਹੋਏ ਦੇ ਹਨ। ਇਹ ਦੇਖੋ ਮਾਸ਼ਾਅੱਲਾ ਲਾਲ ਮੋਤੀਆਂ ਵਾਲਾ ਕਬੂਤਰ, ਇਹ ਦੇਖੋ ਮਾਸ਼ਾਅੱਲਾ ਅਸੀਂ ਬਈ, ਇਹ ਵੀ ਕਬੂਤਰ ਉੱਡਦਾ ਹੀ ਪਿਆ ਵਿੱਚ, ਮੋਤੀਆਂ ਵਾਲਾ, ਜ਼ਬਰਦਸਤ ਹੋ ਗਿਆ ਮਾਸ਼ਾਅੱਲਾ। ਇਹ ਕਬੂਤਰ ਦਾ ਸ਼ੋਕ ਕਰਾਓ, ਇਹ ਘਰ ਦੀ ਪੱਠਾ 'ਚ ਨਹੀਂ ਵਾਲਾ, ਇਹ ਦੂਸਰੇ ਨੰਬਰ ਵਾਲਾ, ਠੀਕ ਹੋ ਗਿਆ, ਸਾਰੇ ਘਰ ਦੇ ਜੀ ਮਾਸ਼ਾਅੱਲਾ। ਇੱਧਰ ਨੂੰ ਆਓ ਇਸ ਸਾਈਡ 'ਤੇ, ਉਹ ਚਲੋ ਦਿਖਾਓ ਜੀ, ਸਾਡੇ ਕੋਲ 12 ਸਾਲਾਂ ਤੋਂ ਨਸਲ ਚੱਲਦੀ ਆ ਮਾਸ਼ਾਅੱਲਾ ਜੀ, ਮੋਤੀਆਂ ਵਾਲੇ ਚੂਹੇ, ਅੱਖ ਦਾ ਫੋਕਸ ਕਰ ਯਾਰ, ਪਰ ਦਿਖਾਓ ਜੀ, ਬਹੁਤ ਹਾਈ ਲੈਵਲ ਦਾ ਕਬੂਤਰ ਜਿਹਾ। ਸਾਡੇ ਕੋਲ 3-3 4-4 ਦਿਨਾਂ ਬਾਅਦ ਵੀ ਵਾਪਸ ਆ ਜਾਂਦੇ। ਠੀਕ ਹੋ ਗਿਆ, ਠੀਕ ਹੋ ਗਿਆ, ਛੱਡੋ ਇਹਨੂੰ ਜ਼ਰਾ ਇੱਕ ਲਿਖੇ, ਸ਼ੌਕ ਕਰਾਈਏ ਦੋਸਤਾਂ ਨੂੰ। ਇਹ ਦੇਖੋ ਜੀ ਮਾਸ਼ਾਅੱਲਾ ਕਬੂਤਰ, ਇਹ ਜੋੜਿਆਂ 'ਚ ਕਬੂਤਰ ਹੁੰਦੇ ਨੇ ਦੋਸਤਾਂ ਦੇ, ਇਹ ਦੇਖੋ ਕਬੂਤਰ ਮਾਸ਼ਾਅੱਲਾ, ਇਹ ਦੇਖੋ ਜੀ ਪ੍ਰਮੋਦ ਕਬੂਤਰ ਜੀ, ਇਹਨਾਂ ਕੋਲ ਕਬੂਤਰ ਕਾਫੀ ਪੁਰਾਣੇ ਨੇ ਮਾਸ਼ਾਅੱਲਾ। ਇਹ ਦੇਖੋ ਜੀ ਕਾਲੇ ਮੋਲ, ਦੇਖੋ ਬਟੇਰਾ, ਠੀਕ ਹੋ ਗਿਆ ਜੀ, ਤੁਹਾਨੂੰ ਕੋਈ ਪੱਠੀਆਂ ਪੱਠੇ ਆ ਜਾਓ ਜੀ, ਉੱਧਰੋਂ ਇੱਕ ਝਲਕੀ ਬਸ ਪੱਠੀਆਂ ਪੱਠਿਆਂ ਦੀ ਮਰਵਾ ਦੀ ਉੱਧਰੋਂ, ਇਨਸ਼ਾਅੱਲਾ ਜੇਠ 'ਚ ਅਤੇ ਵਿਸਾਖ 'ਚ ਸ਼ੋਕ ਕਰਾਂਗੇ ਜੀ। ਇੱਧਰ ਨੇ ਨਾ ਸਾਰੇ ਪੱਠੀਆਂ ਪੱਠੇ, ਇੱਧਰ ਪੱਠੇ, ਚਲੋ ਇੱਧਰ, ਚਲੋ ਆਓ ਜੀ ਪੱਠੇ ਦਿਖਾਈਏ ਜੀ, ਇਨਸ਼ਾਅੱਲਾ ਵਿਸਾਖ 'ਚ ਕਰਾਂਗੇ ਇੱਥੋਂ ਸ਼ੋਕ। ਕਬੂਤਰ ਥੋੜ੍ਹੇ ਨੇ ਲੇਕਿਨ ਮਾਸ਼ਾਅੱਲਾ ਜਿੰਨੇ ਕੁ ਹੈ ਨੇ ਆਊਟਸਟੈਂਡਿੰਗ, ਆਊਟਸਟੈਂਡਿੰਗ। ਇਹ ਦੇਖੋ ਜੀ ਮਾਸ਼ਾਅੱਲਾ, ਇਹ ਸਾਰੇ ਰੋਕੇ ਦੇ ਨੇ, ਇਨਸ਼ਾਅੱਲਾ ਜੇਠ ਦੇ ਵਿੱਚ ਜਿਹੜਾ ਨਾ ਉਡਾਵਾਂਗੇ ਇਨਸ਼ਾਅੱਲਾ ਤਾਲਾ ਇਹਨਾਂ ਨੂੰ। ਇਹ ਦੇਖੋ ਮਾਸ਼ਾਅੱਲਾ ਕਬੂਤਰ, ਚੈੱਕ ਕਰੋ, ਇਹ ਸੁਜੇ ਨਹੀਂ ਕੱਢੇ ਬਾਹਰ, ਇਹ ਵਿਸਾਖ 'ਚ ਉਡਾ ਕੇ ਅਤੇ ਫਿਰ ਰੋਕੇ ਨੇ। ਦੇਖੋ ਮਾਸ਼ਾਅੱਲਾ ਇਹ ਪੱਠਾ ਚੈੱਕ ਕਰੋ ਮਾਸ਼ਾਅੱਲਾ। ਸ਼ੌਕ ਥੋੜ੍ਹਾ ਕਰ ਲਓ, ਅੱਛਾ ਕਰ ਲਓ। ਦੇਖੋ ਜੀ ਮਾਸ਼ਾਅੱਲਾ, ਹਲੀਮ ਬਾਈ ਇੱਕ ਕਬੂਤਰ ਦੇ ਸ਼ੌਕ ਕਰਾਇਓ, ਇਹ ਜਿਹੜਾ ਬਹੁਤਾ ਨਹੀਂ ਭੁੜਕਦਾ ਪਿਆ ਵਾਲਾ, ਇਹ ਦਿਖਾਓ, ਇਹ ਜੌਂਸਰਾ ਕਬੂਤਰ, ਇਹਦਾ ਸ਼ੌਕ ਕਰਾਓ, ਆ ਪੱਠਾ ਵੱਡਾ ਕਬੂਤਰ ਜੀ, ਪੱਠਾ ਜੀ ਪੱਠੇ ਨੇ ਸਾਰੇ ਦੇ ਮੋਤੀਆਂ ਵਾਲਾ। ਇਹ ਦੇਖੋ ਜੀ ਮਾਸ਼ਾਅੱਲਾ ਕਬੂਤਰ, ਕਬੂਤਰ ਯਾਰ ਇੱਥੇ ਫੜੇ ਘੱਟ ਜਾਂਦੇ ਨੇ। ਇਹ ਦੇਖੋ ਜੀ ਰੀਮ ਬਾਈ ਨੇ ਫੜਿਆ ਕਬੂਤਰ, ਠੀਕ ਹੋ ਗਿਆ, ਪਰ ਦਿਖਾਓ ਇੰਜ ਥੋੜ੍ਹਾ ਜਿਹਾ ਖੋਲ੍ਹ ਕੇ ਦਿਖਾ ਦਿਓ ਸਾਨੂੰ,
हेलो जी, क्या बात है जी, माशाल्लाह। छोड़ दो, ये देखो जी मोतियां वाला कबूतर, माशाल्लाह। कितने बजे तक बच्चा बैठा जाए वाला? दो ढाई बजे तक बैठा था। आज भट्ठियाँ भी दिखाइए, देखो माशाल्लाह। कड़ो बाहर दसी, ये देखो जी भट्ठा, माशाल्लाह। आ जाओ जी, भट्ठियां भी दिखाने तुम। चलो आ गया। देखो जी माशाल्लाह भट्ठियां जी सारियां, देखो माशाल्लाह। क्या बात, सुभान अल्लाह। यारो जी बच्चों के प्यारे झूठी ही चूही पट्ठी, वो कि भला कि इतने च बैठी जी है वाली? अच्छा, है पीली घड़ी वाली। अच्छा, किन्ने बजे बैठी थी प्यारे च? पौने सात बजे बच्चा बैठा ही बच्चों के प्यारे बिच, माशाल्लाह। है पीली घड़ी वाला बच्चा, माशाल्लाह। है देखो यार, ठीक हो गया दोस्तों। इंशाल्लाह फिर किसी दिन लाइव आवेंगे, अज लई दो सानू इजाजत। ओके जी, अल्लाह हाफिज़।